ਇੱਕ ਢਾਬੇ ਤੇ ਕਾਰ ਸਵਾਰ ਨੌਜਵਾਨਾਂ ਦੀ ਕਰਤੂਤ ਕੈਮਰੇ ਦੇ ਵਿੱਚ ਕੈਦ ਹੋਈ। ਦਰਅਸਲ ਇਹਨਾਂ ਨੌਜਵਾਨਾਂ ਨੇ ਪਹਿਲਾਂ ਢਾਬੇ ਤੇ ਰੱਜ ਕੇ ਖਾਣਾ ਖਾਧਾ, ਜਦੋਂ ਪੈਸੇ ਦੇਣ ਦੀ ਵਾਰੀ ਆਈ ਵੇਟਰ ਨੇ ਇਹਨਾਂ ਨੂੰ ਬਿੱਲ ਫੜਾ ਦਿੱਤਾ, ਸਕੈਨਰ ਉਹਨਾਂ ਦੇ ਅੱਗੇ ਕਰ ਦਿੱਤਾ, ਪਰ ਇਹ ਫਟਾਫਟ ਕਾਰ ਦੇ ਵਿੱਚ ਬੈਠ ਗਏ ਔਰ ਇੱਥੋਂ ਰਫੂ ਚੱਕਰ ਹੋ ਗਏ। ਹਾਲਾਂਕਿ ਵੇਟਰ ਨੇ ਮੁਸਤੈਦੀ ਦੇ ਨਾਲ ਇੱਕ ਤਾਕੀ ਨੂੰ ਖੋਲ੍ਹ ਲਿਆ ਔਰ ਇੱਕ ਨੂੰ ਫੜ ਲਿਆ, ਪਰ ਇਹਨਾਂ ਨੇ ਵੇਟਰ ਨੂੰ ਹੀ ਘੜੀਸਾ ਪਾ ਲਿਆ, ਉਸ ਨੂੰ ਹੀ ਚੁੱਕ ਕੇ ਦੂਰ ਤੱਕ ਲੈ ਗਏ। 1 ਕਿਲੋਮੀਟਰ ਤੱਕ ਉਸ ਨੂੰ ਘਸੀੜਦੇ ਰਹੇ, ਬੰਦੂਕ ਬਣਾ ਕੇ ਉਸਦੇ ਨਾਲ ਕੁੱਟਮਾਰ ਕੀਤੀ ਗਈ। ਢਾਬੇ ਤੇ ਇਹ ਨੌਜਵਾਨ ਖਾਣਾ ਖਾਣ ਦੇ ਲਈ ਆਏ ਸੀ, ਜਦੋਂ ਵੇਟਰ ਨੇ ਪੈਸੇ ਮੰਗੇ, ਸਕੈਨਰ ਇਹਨਾਂ ਦੇ ਅੱਗੇ ਕੀਤਾ ਤਾਂ ਫਟਾਫਟ ਕਾਰ ਦੇ ਵਿੱਚ ਬੈਠ ਕੇ ਭੱਜਣ ਲੱਗੇ, ਪਰ ਵੇਟਰ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਹਿਲੀ ਤਾਕੀ ਵੀ ਖੋਲ੍ਹ ਲਈ, ਇੱਕ ਜਾਣੇ ਨੂੰ ਹੱਥ ਵੀ ਪਾ ਲਿਆ, ਪਰ ਫਿਰ ਵੀ ਇਹਨਾਂ ਕਾਰ ਸਵਾਰਾਂ ਨੇ ਵੇਟਰ ਨੂੰ ਹੀ ਘੜੀਸ ਲਿਆ, 1 ਕਿਲੋਮੀਟਰ ਤੇ ਲਿਜਾ ਕੇ ਉਸਦੀ ਕੁੱਟਮਾਰ ਕੀਤੀ। ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਮਹਾਰਾਸ਼ਟਰ ਦੀਆਂ ਇਹ ਤਸਵੀਰਾਂ ਨੇ ਬੀੜ ਦੇ ਵਿੱਚ ਇਹਨਾਂ ਕਾਰ ਸਵਾਰ ਨੌਜਵਾਨਾਂ ਦੀ ਕਰਤੂਤ ਕੈਮਰੇ ਦੇ ਵਿੱਚ ਕੈਦ ਹੋਈ ਹੈ। ਵੇਟਰ ਨੇ ਜਦੋਂ ਇਹਨਾਂ ਨੂੰ ਬਿੱਲ ਫੜਾ ਦਿੱਤਾ, ਸਕੈਨਰ ਇਹਨਾਂ ਦੇ ਅੱਗੇ ਕਰ ਦਿੱਤਾ, ਤਾਂ ਵਾਰੋ ਵਾਰੀ ਇਹ ਨੌਜਵਾਨ ਆਪਣੀ ਕਾਰ ਦੇ ਵਿੱਚ ਬੈਠ ਗਏ ਔਰ ਇੱਥੋਂ ਫਰਾਰ ਹੋ ਗਏ। ਹਾਲਾਂਕਿ ਲੋਕ ਇੱਕ ਦੂਜੇ ਦੇ ਮੂੰਹ ਵੱਲ ਝਾਕਦੇ ਰਹੇ ਇਹਨਾਂ ਨੂੰ ਰੋਕਣ ਦੀ, ਇੱਕ ਨੌਜਵਾਨ ਨੇ ਕੋਸ਼ਿਸ਼ ਵੀ ਕੀਤੀ, ਪਰ ਇਹ ਵੇਟਰ ਨੂੰ ਘਸੀਟ ਕੇ 1 ਕਿਲੋਮੀਟਰ ਤੱਕ ਲੈ ਗਏ, ਫਿਰ ਉੱਥੇ ਜਾ ਕੇ ਉਸਦੀ ਕੁੱਟਮਾਰ ਕੀਤੀ। ਤਾਂ ਨੌਜਵਾਨ ਢਾਬੇ ਤੇ ਖਾਣਾ ਖਾਣ ਦੇ ਲਈ ਆਏ ਸੀ, ਖਾਣਾ ਖਾ ਲਿਆ, ਪੈਸੇ ਨਹੀਂ ਦਿੱਤੇ ਤੇ ਇੱਥੋਂ ਰਫੂ ਚੱਕਰ ਹੋ ਗਏ। ਇੱਥੋਂ ਤੱਕ ਕਿ ਰੋਕਣ ਆਏ ਵੇਟਰ ਨੂੰ ਵੀ 1 ਕਿਲੋਮੀਟਰ ਤੱਕ ਗੱਡੀ ਦੇ ਨਾਲ ਘਸੀਟ ਕੇ ਹੀ ਲੈ ਗਏ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।